ਤਿੰਨ ਤਿੰਨ ਮੰਜ਼ਲੀ ਕੋਠੀਆਂ ਪਾਈਆਂ ਸਰਦਾਰਾਂ ਨੇ, 2 ਰੁਪਏ ਕਿਲੋ ਵਾਲੀ ਕਣਕ ਤੇ ਲਾਤਾ ਸਰਕਾਰਾਂ ਨੇ। ਮੈਂ ਡੀਪੂ ਅੱਗੇ ਲੱਗੀ ਹੋਈ ਗਰੀਬਾਂ ਦੀ ਲਾਈਨ ਦੇ ਵਿੱਚ ਅਮੀਰਾਂ ਦੀ ਭੀੜ ਬੋਲਦੀ ਆ, ਮੈਨੂੰ ਗੌਰ ਨਾਲ ਵੇਖ ਪੰਜਾਬ ਦੇ ਵਾਰਸਾ, ਮੈਂ ਤੇਰੀ ਮਰੀ ਹੋਈ ਜ਼ਮੀਰ ਬੋਲਦੀ ਆ। ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲੀ ਕੌਮ ਅੱਜ ਮਰ ਗਈ ਆਟਾ ਦਾਲ ਸਕੀਮ ਤੇ। ਹਰੀ ਸਿੰਘ ਨਲੂਏ ਨੇ ਜਿਨ੍ਹਾਂ ਨੂੰ ਸੁੱਥਣਾ ਪਵਾਈਆਂ ਸੀ ਨਾ, ਉਹ ਵੀ ਹੱਸਦੇ ਨੇ ਤੁਹਾਡੀ ਹੋਈ ਕੌਮ ਯਤੀਮ ਤੇ। ਮੈਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਲੱਗੇ ਹੋਏ ਤੀਰਾਂ ਦੀ ਭੀੜ ਬੋਲਦੀ ਆ, ਮੈਨੂੰ ਗੌਰ ਨਾਲ ਵੇਖ ਪੰਜਾਬ ਦੇ ਵਾਰਸਾ, ਮੈਂ ਤੇਰੀ ਮਰੀ ਹੋਈ ਜ਼ਮੀਰ ਬੋਲਦੀ ਆ। ਖੌਰੇ ਕਿਹੜਾ ਤੁਹਾਨੂੰ ਪਾਠ ਪੜਾ ਦਿੱਤਾ, ਤੁਸੀਂ ਬੀਬੀ ਖਾਲੜਾ ਵਰਗੀ ਮਹਾਨ ਸ਼ਖਸੀਅਤ ਨੂੰ ਵੀ ਹਰਾ ਦਿੱਤਾ। ਮੈਂ ਬਾਦਲ ਤੇ ਕੈਪਟਨ ਦੀਆਂ ਜੁੱਤੀਆਂ ਦੇ ਵਿੱਚ ਪਾਣੀ ਪੀਣ ਵਾਲੇ ਪੰਜਾਬੀਆਂ ਦੀ ਤੱਤੀ ਤੋਂ ਠੰਡੀ ਹੋ ਚੁੱਕੀ ਤਸੀਰ ਬੋਲਦੀ ਆ, ਮੈਨੂੰ ਗੌਰ ਨਾਲ ਵੇਖ ਪੰਜਾਬ ਦੇ ਵਾਰਸਾ, ਮੈਂ ਤੇਰੀ ਮਰੀ ਹੋਈ ਜ਼ਮੀਰ ਬੋਲਦੀ ਆ। ਆਉਂਦੇ 15-20 ਸਾਲਾਂ ਨੂੰ ਮੂਰਖਾਂ ਦਾ ਪੰਜਾਬ ਹੋਣਾ ਏ। ਇੱਥੇ ਅਨਪੜ੍ਹ ਖੋਤੇ ਜਿਨ੍ਹਾਂ ਨੂੰ RSS ਵਾਲਿਆਂ ਨੇ ਵਾਲਾਂ ਤੋਂ ਫੜ ਫੜ ਕੇ ਧੂਣਾ ਏ। ਮੈਂ 16-16 ਘੰਟੇ ਕੰਮ ਕਰਦੇ, ਫੀਸਾਂ ਕੱਢਦੇ ਤੁਹਾਡੇ ਬੱਚਿਆਂ ਦੀ ਫੁੱਟੀ ਹੋਈ ਤਕਦੀਰ ਬੋਲਦੀ ਆ, ਮੈਨੂੰ ਗੌਰ ਨਾਲ ਵੇਖ ਪੰਜਾਬ ਦੇ ਵਾਰਸਾ, ਮੈਂ ਤੇਰੀ ਮਰੀ ਹੋਈ ਜ਼ਮੀਰ ਬੋਲਦੀ ਆ। ਮੈਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਸੂਬੇ ਦੀ ਹੁੰਦੀ ਹੋਈ ਅਖੀਰ ਬੋਲਦੀ ਆ, ਮੈਨੂੰ ਗੌਰ ਨਾਲ ਵੇਖ ਪੰਜਾਬ ਦੇ ਵਾਰਸਾ, ਮੈਂ ਤੇਰੀ ਮਰੀ ਹੋਈ ਜ਼ਮੀਰ ਬੋਲਦੀ ਆ।